ਸ੍ਰੀ ਅਕਾਲ ਤਖਤ ਸਾਹਿਬ ਵਿੱਚ ਅੱਜ ਹੋਣ ਵਾਲੀ ਪੰਜ ਸਿੱਖ ਸਹਿਬਾਨਾਂ ਦੀ ਮੀਟਿੰਗ ਤੋਂ ਪਹਿਲਾਂ ਕੁਝ ਸਿੱਖ ਸੰਗਠਨ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਪਹੁੰਚੇ ਅਤੇ ਉਹਨਾਂ ਨੇ ਵੱਖਰੇ ਵੱਖਰੇ ਮੰਗ ਪੱਤਰ ਦਿੱਤੇ। ਯੂਕੇ ਵਿੱਚ ਪੰਜ ਪਿਆਰਿਆਂ ਦੀ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਕੁਝ ਸਿੱਖ ਯੂਕੇ ਅਤੇ ਯੂਰਪ ਦੇ 50 ਗੁਰਦੁਆਰਿਆਂ ਦੇ ਕਥਿਤ ਤੌਰ ਤੇ ਦਸਤਖਤ ਕਰਵਾ ਕੇ ਇੱਕ ਮੰਗ ਪੱਤਰ ਲੈ ਕੇ ਆਏ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਢੱਡੜੀਆਂ ਵਾਲੇ ਨੂੰ ਪੰਥ ਤੋਂ ਖਾਰਿਜ ਕੀਤਾ ਜਾਵੇ। ਇਹਨਾਂ ਵਿੱਚੋਂ ਬਲਦੇਵ ਸਿੰਘ ਨੇ ਕਿਹਾ ਕਿ ਢੱਡੜੀਆਂ ਵਾਲੇ ਨੇ ਨਾ ਤੇ ਗੁਰੂ ਗ੍ਰੰਥ ਸਾਹਿਬ ਤੇ ਨਾ ਹੀ ਦਸਮ ਗ੍ਰੰਥ ਅਤੇ ਨਾ ਹੀ ਸੂਰਜ ਪ੍ਰਕਾਸ਼ ਪੜਿਆ ਹੈ, ਪਰ ਇਸਦੇ ਬਾਵਜੂਦ ਵੀ ਉਹ ਆਪਣੀ ਟਿੱਪਣੀ ਦੇ ਕੇ ਹੀ ਪੰਥ ਵਿੱਚ ਵਿਵਾਦ ਪੈਦਾ ਕਰ ਰਿਹਾ ਹੈ, ਜਿਸ ਤੋਂ ਤੰਗ ਆ ਕੇ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਇਹ ਮੰਗ ਰੱਖੀ। ਜੋ ਅਸੀਂ ਯੂਕੇ ਤੇ ਯੂਰਪ ਵਿੱਚ ਤਕਰੀਬਨ 30 ਸਾਲ ਤੋਂ ਪੰਜਾਂ ਪਿਆਰਾਂ ਦੀ ਸੇਵਾ ਨਿਭਾ ਰਹੇ ਹਾਂ, ਕੋਈ ਇਹ 4 ਕੁ ਸਾਲ ਤੋਂ ਜੋ ਰਣਜੀਤ ਸਿੰਘ ਢੱਡਰੀਆਂ ਵਾਲਾ ਇਹ ਸਿੱਖੀ ਸਿਧਾਂਤਾਂ ਦੇ ਉਲਟ, ਜੋ ਕਿ ਇੱਕ 30 ਕੁ ਸਾਲ ਉਹਦੀ ਉਮਰ ਆ, ਨਾ ਤਾਂ ਉਹਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਨਾ ਉਹਨੂੰ ਦਸ ਗ੍ਰੰਥ ਪੜ੍ਹਿਆ, ਨਾ ਉਹਨੂੰ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹਿਆ, ਉਹ ਕੋਈ ਪੜ੍ਹਿਆ ਨਹੀਂ, ਔਰ ਸਾਨੂੰ ਸ਼ਰੇ ਆਮ ਚੈਲੰਜ ਕਰ ਰਿਹਾ, ਜੋ ਇਹ ਸਾਨੂੰ ਕਦੀ ਤਾਂ ਕਹਿੰਦਾ ਇਹ ਵੱਖਵਾਦੀ ਆ, ਕਦੀ ਇਹ ਸਾਨੂੰ ਕਹਿੰਦਾ ਜੀ ਇਹ ਸੰਪਰਵਾਦੀ ਆ, ਕਈ ਤਰ੍ਹਾਂ ਦੀਆਂ ਇਹ ਗੱਲਾਂ ਕਹਿ ਕੇ ਜਾਂ ਕਹਿਣ ਤੋਂ ਭਾਵ ਜੋ 550 ਸਾਲ ਤੋਂ ਸਾਡਾ ਇਹ ਸਿੱਖ ਇਤਿਹਾਸ ਚੱਲਦਾ ਆ ਰਿਹਾ ਉਹਨੂੰ ਕੰਡਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਸ ਕਰਕੇ ਅਸੀਂ ਇਹ ਪੂਰੇ ਯੂਰਪ ਦੇ ਵਿੱਚੋਂ ਖੁੱਲ੍ਹੇ ਤੌਰ 'ਤੇ ਵੀਡੀਓ ਪਾ ਕੇ ਮੀਟਿੰਗ ਕਰਕੇ ਅੱਜ ਪੰਜ ਸਿੰਘ ਯੂਰਪ ਦਾ ਸੁਨੇਹਾ ਲੈ ਕੇ ਅਸੀਂ ਅਕਾਲ ਤਖ਼ਤ ਸਾਹਿਬ 'ਤੇ ਆਏ ਹਾਂ, ਕਿਉਂਕਿ ਜੋ ਇਹ ਲੰਮੇ ਸਮੇਂ ਤੋਂ ਸਾਡੀਆਂ ਪਰੰਪਰਾ ਨੂੰ ਸਾਡੇ ਸਿੱਖੀ ਸਿਧਾਂਤਾਂ ਨੂੰ ਢਾਹ ਲਾ ਰਿਹਾ ਹੈ, ਜਿਵੇਂ ਕਿ ਇੱਥੇ ਇਹ ਸਮਾਂ ਆਉਣ 'ਤੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਇੱਥੋਂ ਜਹਿਦਰ ਬਣਾਇਆ ਸੀ, ਔਰ ਸਮਾਂ ਆਉਣ 'ਤੇ ਜਦੋਂ ਰਵਾਇਤਾਂ ਦੇ ਉਲਟ ਹੋ ਗਿਆ, ਸਿਧਾਂਤਾਂ ਦੇ ਉਲਟ, ਉਹਨੂੰ ਛੇਕਿਆ ਗਿਆ। ਅੱਜ ਸਾਡੀ ਮੰਗ ਹੈ ਆਪਣੇ ਸਿੰਘ ਸਾਹਿਬ ਜੋ ਕਿ ਇੱਥੋਂ ਅਕਾਲ ਤਖ਼ਤ ਦੇ ਜਹਿਦਰ ਸਾਹਿਬ ਆ, ਜੋ 50 ਤੋਂ ਵੱਧ ਗੁਰਦੁਆਰਿਆਂ ਵੱਲੋਂ ਅਸੀਂ ਗੁਰਦੁਆਰਾ ਸਾਹਿਬ ਵੱਲੋਂ ਇੱਥੋਂ ਲਿਖਤੀ ਰੂਪ 'ਚ ਅੱਜ ਲੈ ਕੇ ਪੇਸ਼ ਹੋਏ ਹਾਂ, ਜਾਂ ਕਿ ਜੇ ਇਹ ਰਣਜੀਤ ਸਿੰਘ ਢੱਡਰੀਆਂ ਵਾਲਾ ਲੰਮੇ ਸਮੇਂ ਤੋਂ, ਕਿਉਂਕਿ ਉਹਨੂੰ ਜੈਡ ਸਿਕਿਉਰਿਟੀ ਲਈ ਵਾ, ਨਾ ਉਹ ਕਿਸੇ ਨਾਲ ਗੱਲ ਕਰਦਾ, ਨਾ ਉਹ ਕਿਸੇ ਨਾਲ ਬਹਿੰਦਾ, ਆਪੇ ਹੀ ਆਪਣਾ ਦੀਵਾਨ ਲਾ ਕੇ ਆਪੇ ਹੀ ਫੈਸਲੇ ਕਰੀ ਜਾਂਦਾ, ਸਿੱਖ ਕੌਮੋਂ ਤੋਂ ਕਾਫੀ ਪਰੇਸ਼ਾਨ ਆ, ਆਪਸ ਵਿੱਚ ਹੀ ਵਾਦ ਵਿਵਾਦ ਵਧੀ ਜਾਂਦੇ ਆ। ਤਕਰੀਬਨ 3 ਅਕਤੂਬਰ ਨੂੰ ਤਕਰੀਬਨ ਸਾਰੇ ਪ੍ਰਚਾਰਕ ਇੱਥੇ ਵੱਧ ਤੋਂ ਵੱਧ ਪਹੁੰਚੇ ਸੀ, ਉਹਨੇ ਵੀ ਸਿੰਘ ਸਾਹਿਬ ਉਹਨਾਂ ਨੂੰ ਇਹ ਮੈਸੇਜ ਦਿੱਤਾ ਸੀ, ਪਰ ਸਾਨੂੰ ਹਜੇ ਤਾਂ ਕੋਈ ਵੀ ਉਹਦੀ ਕਾਰਵਾਈ ਨਹੀਂ ਹੋਈ ਦੀ ਸੀ। ਅਸੀਂ ਫਿਰ ਦੁਬਾਰਾ ਇਹ 5 ਸਿੰਘਾਂ ਨੂੰ ਇਹ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਇਹ ਸਾਡੀ ਤੇ ਗੱਲ ਤੇ ਗੌਰ ਕੀਤਾ ਜਾਵੇ, ਜੋ ਕਿ ਸਾਡੇ ਸਿੱਖੀ ਨੂੰ ਢਾਹ ਲਾ ਰਿਹਾ ਹੈ, ਇਹ ਸਾਡਾ ਸਿੱਖ ਇਤਿਹਾਸ ਨਹੀਂ ਇਹ ਖੂਨੀ ਇਤਿਹਾਸ ਆ। ਇਸ ਕਰਕੇ ਇਹੀ ਅਸੀਂ ਬੇਨਤੀ ਕਰਨ ਵਾਸਤੇ ਆਏ ਹਾਂ ਕਿ ਇਸ 'ਤੇ ਸਾਡੀ ਜੋ ਅਸੀਂ ਬਹੁਤ ਵੱਡੇ ਵੱਡੇ ਗੁਰਦੁਆਰਿਆਂ ਤੋਂ ਲਿਖਤੀ ਰੂਪ 'ਚ ਔਰ ਆਪਣੇ ਵੱਲੋਂ ਲਿਖਤੀ ਰੂਪ 'ਤੇ ਅੱਜ ਅਸੀਂ ਇਹ ਸਿੰਘ ਸਾਹਿਬ ਨੂੰ ਅਕਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਇਹ ਜੋ ਕਿ ਮੈਸੇਜ ਦੇਣ ਵਾਸਤੇ ਆਏ ਅਤੇ ਗੌਰ ਕੀਤੀ ਜਾਵੇ, ਇਹ ਅਸੀਂ ਆਸ ਰੱਖੀ ਜਥੇਬੰਦੀ ਵੱਲੋਂ ਪੁੱਜਿਆ ਹੈ ਸਾਹਮਣੇ ਜਾ ਕੇ ਸਮੂਹ ਦੇਖੋ ਬਾਰੇ ਕਿ ਉਹ ਕਿਸੇ ਵੀ ਤਰ੍ਹਾਂ ਮਾਫ਼ ਨਾ ਕੀਤਾ ਜਾਵੇ ਅਤੇ ਇਹ ਸਿੰਘ ਸਾਹਿਬ ਜੀ ਲਖਮਾ ਚਾਦਰ ਨੇ ਸਿੰਘ ਸਾਹਿਬ ਜੀ ਜੋ ਮੰਗਾਂ ਇਹਨਾਂ ਦੀਆਂ ਵੀ ਉਹਨੂੰ ਕਿਸੇ ਵੀ ਹਾਲਤ ਵਿੱਚ ਮਾਫ਼ ਨਹੀਂ ਸਾਹਿਬ ਚਾਹੀਦਾ, ਕਿਉਂਕਿ ਸੰਗਤ ਪ੍ਰਵਾਨ ਨਹੀਂ ਕਰੂਗੀ। ਇਹ ਸਰ ਕਿਹੜੀ ਜਥੇਬੰਦੀ ਆਈਆਂ? ਜਥੇਬੰਦੀਆਂ ਜੀ ਆਪਣੇ ਸਰਦਾਰ ਇੰਦਰਜੀਤ ਸਿੰਘ ਜੀ ਹੈ, ਬਾਕੀ ਸਾਬਕਾ ਚੇਅਰਮੈਨ ਪੰਜਾਬ ਦੇ, ਬਾਕੀ ਸਰਕਾਰ ਕਮੇਟੀਆਂ ਭਾਈ ਜਗਮੀਤ ਸਿੰਘ ਹੋਣੀ ਗੁਰਦਾਸਪੁਰ ਇਲਾਕੇ ਸੀ। ਬਿਊਰੋ ਰਿਪੋਰਟ, ਸਿੱਖ ਐਕਸਪ੍ਰੈਸ ਨਿਊਜ਼।